ਜਲ ਬਿਨਾ ਤਾਂ ਜੀਵਨ ਨਹੀਂ ਜਾਣੇ ਕੁਲ ਲੁਕਾਈ ਜਲ ਦਾ ਸਭ ਸਤਕਾਰ ਕਰੋ ਇਹੋ ਬੇਨਤੀ ਭਾਈ ਅਲਦਾ ਦਾਣਾ ਤਾਂ ਹੀ ਪੁੰਗਰੇ ਅਲਦਾ ਦਾਣਾ ਤਾਂ ਹੀ ਪੁੰਗਰੇ ਜੇ ਮਿਲਦਾ ਹੈ ਜਲ ਆ ਜੋ ਕਦੇ ਬੁਲਾਈਏ ਨਾ ਜਲ ਲੋ ਜੀਵਨ ਦਾ ਮਿਸ਼ਨ ਬਣਾ ਕੇ ਲੱਭਿਆ ਇਸ ਦਾ ਹੱਲ ਚੱਲ ਵਿਹਾਗ ਦੇ ਕਦਮ ਸਦਕਾ ਮਾਰ ਲੈਣੀ ਹੈ ਮਲ ਕਰ ਕਰ ਨਲ ਕਰ ਕਰ ਜਲ 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 ਬਹੁਤ ਹੀ ਪਿਆਰੇ ਪੰਜਾਬੀਓ ਤੁਹਾਡਾ ਮਨ ਪਾਉਂਦਾ ਪ੍ਰੋਗਰਾਮ ਜਲਹਤ ਕਲਹ ਲਾ ਕੀ ਮੈਂ ਬਾਲਮਕੰਦ ਸ਼ਰਮਾ ਮੈਂ ਗੁਰਜੋਤਕੌਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਸਰ ਨਵਾਂ ਸਾਲ ਚੜ ਗਿਆ ਹੈ ਤੇ ਆਪਾਂ ਆਪਣੇ ਸਰੋਤਿਆਂ ਲਈ ਅੱਜ ਕੀ ਨਵਾਂ ਲੈ ਕੇ ਆ ਰਹੇ ਹਾਂ ਗੁਰਜੋਤ ਜੀ ਨਵੇਂ ਸਾਲ ਤੇ ਸਾਡਾ ਮਨ ਸੀਗਾ ਕਿ ਅਸੀਂ ਆਪਣੇ ਵਿਭਾਗ ਦੇ ਨਵੇਂ ਮੁਖੀ ਜੀ ਨੂੰ ਬੇਨਤੀ ਕਰੀਏ ਕਾਫੀ ਦਿਨ ਤੋਂ ਵੈਸਟ ਚੱਲ ਰਹੇ ਸੀਗੇ ਮੈਂ ਕਾਫੀ ਵਾਰੀ ਬੇਨਤੀ ਕੀਤੀ ਪਰ ਅੱਜ ਮੇਰੀ ਬੇਨਤੀ ਪ੍ਰਵਾਨ ਹੋ ਗਈ ਸੋ ਸਾਡੇ ਵਿਭਾਗ ਦੇ ਮੁਖੀ ਡਾਕਟਰ ਭਪਿੰਦਰ ਪਾਲ ਸਿੰਘ ਜੀ ਆਈਐਸ ਸਾਡੇ ਵਿੱਚ ਬਿਰਾਜਮਾਨ ਹੋ ਚੁੱਕੇ ਆ ਕਰੀਏ ਸਵਾਗਤ ਬਿਲਕੁਲ ਸ਼ਰਮਾ ਜੀ ਸਰ ਜਲ ਹੈ ਤੇ ਕਲ ਹੈ ਪ੍ਰੋਗਰਾਮ ਵਿੱਚ ਮੈਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਆ ਜੀ ਐਨੂ ਜੀ ਥੈਂਕ ਯੂ ਸ਼ਰਮਾ ਜੀ ਥੈਂਕ ਯੂ ਗੁਰਜੋਤ ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ ਧੰਨਵਾਦੀ ਆ ਕਿ ਤੁਸੀਂ ਮੈਨੂੰ ਇਸ ਜਲ ਹੈ ਤਕਲ ਹੈ ਪ੍ਰੋਗਰਾਮ ਵਿੱਚ ਆਉਣ ਦਾ ਮੌਕਾ ਦਿੱਤਾ ਤੇ ਨਾਲ ਹੀ ਮੈਂ ਸਰੋਤਿਆਂ ਨੂੰ ਅੱਜ ਨਵੇਂ ਸਾਲ ਤੇ ਚੜ੍ਹ ਤੇ ਵਧਾਈ ਦਿਨਾ ਅਰਦਾਸ ਕਰਦਾ ਕਿ ਵਾਹਿਗੁਰੂ ਆਪ ਸਭ ਨੂੰ ਨਵੇਂ ਸਾਲ 'ਚ ਖੁਸ਼ੀਆਂ ਤੇ ਖੇੜੇ ਬਖਸ਼ੇ ਡਾਕਟਰ ਸਾਹਿਬ ਸਹੀ ਗੱਲ ਆ ਅਰਦਾਸ ਕਰਨੀ ਬੰਦੀ ਆ ਕਿਉਂਕਿ ਪਿਛਲੇ 2 ਸਾਲ ਜਿਹੜੇ ਆ ਇਹ ਸਾਰੇ ਪੰਜਾਬ ਨੇ ਨਹੀਂ ਹਿੰਦੁਸਤਾਨ ਨੇ ਨਹੀਂ ਪੂਰੀ ਦੁਨੀਆ ਨੇ ਕਾਫੀ ਸੰਕਟ ਵਿੱਚ ਗੁਜ਼ਾਰੇ ਆ ਤੇ ਕਰੋਨਾ ਬਾਰੇ ਤੁਸੀਂ ਕੀ ਅਰਦਾਸ ਕਰਨੀ ਚਾਹੋਗੇ ਜਿਵੇਂ ਤੁਸੀਂ ਕਹਾ ਸ਼ਰਮਾ ਜੀ ਪਿਛਲੇ 2 ਸਾਲ ਕਰੋਨਾ ਕਰਕੇ ਆਪਾਂ ਹੀ ਨਹੀਂ ਸਾਰੀ ਦੁਨੀਆ ਨੇ ਬਹੁਤ ਵੱਡਾ ਸੰਤਾਪ ਹੋ ਗਿਆ ਹਮ ਪਰ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਹੁਣ ਆਉਣ ਵਾਲਾ ਸਮਾਂ ਤੰਦਰੁਸਤੀ ਵਾਲਾ ਖੁਸ਼ੀਆਂ ਤੇ ਖੇੜਿਆਂ ਵਾਲਾ ਹੋਵੇ ਤੇ ਇਹ ਕਰੋਨਾ ਵਰਗੀ ਪ੍ਰੋਬਲਮ ਦੁਬਾਰਾ ਨਾ ਫੇਸ ਕਰਾਵੇ ਗੁਰਜੋਤ ਜੀ ਹਾਂਜੀ ਸਰ ਇਸ ਤੋਂ ਪਹਿਲਾਂ ਕਿ ਆਪਾਂ ਏਜੰਡੇ ਤੇ ਜਾਂ ਸਵਾਲਾਂ ਤੇ ਆਈਏ ਜੀ ਸਰ ਤੁਹਾਡੇ ਕੋਲ ਇੱਕ ਵਲੱਖਣ ਤੁਹਾਡੀ ਹੈਗੀ ਇੱਕ ਪ੍ਰਾਪਤੀ ਜੀ ਸਰ ਕਿ ਜਦੋਂ ਵੀ ਸਾਡੇ ਕੋਲ ਡਿਗਰੀ ਕਿਉਂਦੇ ਆ ਤੁਸੀਂ ਉਹਨਾਂ ਦੀ ਸ਼ਾਨ ਦੇ ਵਿੱਚ ਕੁਝ ਲਾਈਨਾਂ ਘੜਦੇ ਹੁੰਦੇ ਆ ਬਿਲਕੁਲ ਤੇ ਕਰਦੇ ਹੋ ਪੇਸ਼ ਫਿਰ ਠੀਕ ਹੈ ਸਰ ਸਾ ਰਿਜ਼ਾਜ਼ਤ ਹੈ ਥੈਂਕ ਯੂ ਸਭ ਤੋਂ ਪਹਿਲਾਂ ਹੱਥ ਜੋੜ ਕੇ ਬੁਲਾਈਏ ਸਤਿ ਸ਼੍ਰੀ ਅਕਾਲ ਅੱਜ ਸਾਡੇ ਵਿੱਚ ਵਿਰਾਜਮਾਨ ਨੇ ਡਾਕਟਰ ਭੁਪਿੰਦਰ ਪਾਲ ਮਿੱਠ ਬੋਲੜੇ ਤੇ ਸੁਭਾਅ ਦੇ ਨਿੱਗੇ ਤੇ ਅਫਸਰ ਹੁਨਹਾਰ ਹੁਣ ਇਹ ਬਣੇ ਸਾਡੇ ਵਿਭਾਗ ਦੇ ਮੁਖੀ ਇਹਨਾਂ ਦਾ ਸਤਿਕਾਰ ਪਹਿਲਾਂ ਡਾਕਟਰੀ ਦੀ ਵਿਦਿਆ ਪਾਈ ਫਿਰ ਚਲਾਇਆ ਫੂਡ ਵਿਭਾਗ ਫਿਰ ਬਤੌਰ ਕਮਿਸ਼ਨਰ ਮੁਹਾਲੀ ਇਹ ਵਿਚਰੇ ਵਿੱਚ ਸਮਾਜ ਐਮਬੀਬੀਐਸ ਤੇ ਪੀਸੀਐਸ ਤੇ ਆਈਐਸ ਦਾ ਰੁਤਬਾ ਪਾਇਆ ਅੱਜ ਜਲ ਵਿਭਾਗ ਸਾਡਾ ਇਹਨਾਂ ਦੇ ਹਿੱਸੇ ਆਇਆ ਵਾਹ ਆਜੋ ਰਲ ਸਵਾਗਤ ਕਰੀਏ ਜੋ ਬੈਠੇ ਨੇ ਸਾਡੇ ਨਾਲ ਆਓ ਇਹਨਾਂ ਦੇ ਵਿਚਾਰ ਸੁਣੀਏ ਕੀ ਕਹਿੰਦੇ ਨੇ ਡਾਕਟਰ ਭੁਪਿੰਦਰ ਪਾਲ ਐਕਸਲੈਂਟ ਗੁਜੋਤ ਥੈਂਕ ਯੂ ਗੁਜੋਤ ਥੈਂਕ ਯੂ ਸਰ ਸੁਭਿੰਨ ਉਹਨਾਂ ਸਤਿਕਾਰ ਦਿੱਤਾ ਮੈਂ ਤਾਂ ਇਹਨਾਂ ਰਿਜ਼ਰਵ ਨਹੀਂ ਸੀ ਕਰਦਾ ਬਹੁਤ ਧੰਨਵਾਦ ਪਰ ਡਾਕਟਰ ਸਾਹਿਬ ਜੋ ਤੁਸੀਂ ਇਸ ਵਿਭਾਗ ਦੀ ਕਮਾਂਡ ਸੰਭਾਲੀ ਆ ਤਾਂ ਜਲ ਬਾਰੇ ਤੇ ਵਿਭਾਗ ਵਿੱਚ ਹੁਣ ਤੱਕ ਪਤਾਏ ਸਮੇਂ ਬਾਰੇ ਜਿਸ ਮੈਂ ਹਿੰਬਾਰੇਕੀ ਕਹਿਣਾ ਚਾਹੂੰਗਾ ਸ਼ਰਮਾ ਜੀ ਇਹ ਬਹੁਤ ਅਹਿਮ ਵਿਭਾਗ ਆ ਤੇ ਮੈਂ ਵੇਖਿਆ ਇਸ ਵਿਭਾਗ ਦੇ ਸਾਰੇ ਕਰਮਚਾਰੀ ਸਾਰੇ ਅਫਸਰ ਬੜੀ ਮਿਹਨਤ ਨਾਲ ਨਿਸ਼ਟਾ ਨਾਲ ਤੇ ਬੜੀ ਨਿਸ਼ਟਾ ਨਾਲ ਕੰਮ ਕਰ ਰਹੇ ਆ ਜੋ ਟੀਚੇ ਦਿੱਤੇ ਜਾਂਦੇ ਉਹਨਾਂ ਨੂੰ ਉਹ ਉਹਨਾਂ ਨੂੰ ਪੂਰਾ ਕਰ ਲਈ ਤੰਦੇ ਹੀ ਨਾ ਲੱਗਦੇ ਤੰਦੇ ਹੀ ਨਾ ਲੱਗਦੇ ਆ ਤੇ ਸਾਡੇ ਚ ਸਾਡੇ ਜਿਹੜੇ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਨੇ ਮੈਨਾਂ ਦੀ ਬਹੁਤ ਵੱਡੀ ਦੇਣ ਕੰਟਰੀਬਿਊਸ਼ਨ ਆ ਉਹਨਾਂ ਦੀ ਗਾਈਡੈਂਸ ਤੇ ਉਹਨਾਂ ਦਾ ਜੋ ਮਾਰਗਦਰਸ਼ਨ ਉਹ ਵੀ ਬਹੁਤ ਵੱਡਾ ਰੋਲ ਅਦਾ ਕਰੇ ਜੀ ਥੈਂਕ ਯੂ ਤੇ ਡਾਕਟਰ ਸਾਹਿਬ ਤੁਸੀਂ ਬਤੌਰ ਆਈਐਸ 10-12 ਸਾਲ ਦੀ ਜਿਹੜੀ ਸਰਵਿਸ ਕੀਤੀ ਹੈ ਵੱਖ-ਵੱਖ ਵਿਭਾਗਾਂ ਵਿੱਚ ਸਫਰ ਕਰਕੇ ਆਏ ਆ ਹੁਣ ਤੁਸੀਂ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਮੁਖੀ ਬਣੇ ਹੈਗੇ ਆ ਤਾਂ ਤੁਸੀਂ ਜਲ ਵਿਭਾਗ ਬਾਰੇ ਥੋੜੀ ਦੇਰ ਵਿੱਚ ਕੀ ਅਬਜ਼ਰਵ ਕੀਤਾ ਤੇ ਤੁਹਾਨੂੰ ਲੱਗਦਾ ਕਿ ਇਸ ਵਿਭਾਗ ਦੀ ਕੀ ਯੋਗਦਾਨ ਹੈਗਾ ਪੰਜਾਬ 'ਚ ਸ਼ਰਮਾ ਜੀ ਜਲ ਸਪਲਾਈ ਵਿਭਾਗ ਬਹੁਤ ਹੀ ਅਹਿਮ ਮਹਿਕਮਿਆਂ ਵਿੱਚੋਂ ਇੱਕ ਹੈ ਪੰਜਾਬ ਸਰਕਾਰ ਦਾ ਤੇ ਇਹਦਾ ਮੇਨ ਮੰਤਕ ਜੀ ਲੋਕਾਂ ਨੂੰ ਸਵੱਛ ਤੇ ਸਾਫ਼ ਪਾਣੀ ਮੁਹੱਈਆ ਕਰਾਉਣਾ ਹੈ ਵਿਭਾਗ ਵੱਲੋਂ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿ ਲੋਕਾਂ ਤਾਈਂ ਸਵੱਛ ਪਾਣੀ ਪ੍ਰਦਾਨ ਕੀਤਾ ਜਾਵੇ ਹਰ ਘਰ ਤੱਕ ਪਹੁੰਚੇ ਜੀ ਬڑے ਵੱਡੇ ਲੈਵਲ ਤੇ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਸ਼ੁੱਧ ਸਪਸ਼ਟ ਜਲ ਸਪਲਾਈ ਕਰਨ ਵਾਸਤੇ ਵਿਭਾਗ ਕੋਲੋਂ ਤਕਰੀਬਨ 8500 ਸਕੀਮ ਜਲ ਸਪਲਾਈ ਸਕੀਮਾਂ ਚੱਲ ਰਹੀਆਂ ਨੇ ਚੱਲ ਰਹੀਆਂ 50 ਤੋਂ ਸਕੀਮਾਂ ਤੇ ਤਕਰੀਬਨ 12500 ਪਿੰਡਾਂ ਤੱਕ ਅਸੀਂ ਪਹੁੰਚ ਚੁੱਕੇ ਹਾਂ ਸਪਲਾਈ ਪਹੁੰਚਾ ਚੁੱਕੇ ਹਾਂ ਸ਼ਰਮਾ ਜੀ ਹੁਣ ਤੱਕ ਅਸੀਂ 90% ਪਿੰਡਾਂ 'ਚ ਜਲ ਸਪਲਾਈ ਕਰ ਚੁੱਕੇ ਹਾਂ ਤੇ ਆਉਂਦੇ ਦੋ ਤਿੰਨ ਮਹੀਨਿਆਂ ਚ 100% ਸਪਲਾਈ ਕਰ ਲਾਂਗੇ ਭਾਵੇਂ ਕਿ ਭਾਰਤ ਸਰਕਾਰ ਵੱਲੋਂ ਜੋ ਟਾਰਗੇਟ ਦਿੱਤਾ ਗਿਆ ਆ ਉਹ 2024 ਤੱਕ ਆ ਪਰ ਅਸੀਂ 2 ਸਾਲ ਪਹਿਲਾਂ ਹੀ ਇਹਨੂੰ ਅਚੀਵ ਕਰ ਲਵਾਂਗੇ ਬਹੁਤ ਵੱਡੀ ਗੱਲ ਹੈ ਕਰੋ ਜੀ ਇਹ ਕਿ 2024 ਦੀ بجائے ਪੰਜਾਬ ਸਰਕਾਰ ਨੇ 2022 ਟਾਰਗੇਟ ਅਥਿਆ ਤੇ ਬਹੁਤ ਨੇੜੇ ਆ ਪ੍ਰਾਪਤੀ ਦੇ ਤੇ ਸਰ ਹੁਣ ਤੱਕ ਆਪਾਂ ਕਿੰਨੇ ਕਨੈਕਸ਼ਨ ਦੇ ਚੁੱਕੇ ਆ ਤੇ ਕਿੰਨੇ ਕ ਆਪਣੇ ਰਹਿ ਗਏ ਆ ਸਰ ਜੋ ਹੁਣ ਤੱਕ ਅਸੀਂ 32 ਲੱਖ ਕਨੈਕਸ਼ਨ ਦੇ ਚੁੱਕੇ ਆ ਜੀ ਜੀ ਦੇ ਆਉਂਦੇ ਦੋ ਦਿਨਾਂ ਮਹੀਨਿਆਂ ਚ ਅਸੀਂ 35 ਲੱਖ ਦਾ ਜੋ ਟੀਚਾ ਹੈ ਉਹਨੂੰ ਅਚੀਵ ਕਰ ਲਾਂਗੇ ਪੂਰਾ ਕਰ ਲਾਂਗੇ ਡਾਕਟਰ ਸਾਹਿਬ ਬਹੁਤ ਵੱਡੀ ਪ੍ਰਾਪਤੀ ਹੈਗੀ ਆ 31 ਮਾਰਚ 2022 ਤੱਕ ਜੇ ਅਸੀਂ 35 ਲੱਖ ਘਰਾਂ ਤੱਕ ਘਰ-ਘਰ ਨਾਲ ਘਰਕਾ ਜਲ ਪਹੁੰਚਾ ਜੰਨੇ ਆ ਤੇ ਇਹ ਮੈਨੂੰ ਲੱਗਦਾ ਹਿੰਦੁਸਤਾਨ ਵਿੱਚ ਰਿਕਾਰਡ ਬਣੂਗਾ ਇੱਕ ਤੇ ਡਾਕਟਰ ਸਾਹਿਬ ਅਗਲੀ ਮੇਰੀ ਬੇਨਤੀ ਇਹ ਆ ਕਿ ਪਾਣੀ ਤੇ ਤੁਸੀਂ ਪਹੁੰਚਾਈ ਰਹੇ ਆ ਪਰ ਪਾਣੀ ਪਹੁੰਚਾਉਣ ਦੇ ਨਾਲ ਉਹਨਾਂ ਹੀ ਆ ਮਾ ਸ਼ੁੱਧ ਪਾਣੀ ਪਹੁੰਚਾਉਣਾ ਉਹ ਸ਼ੁੱਧ ਪਾਣੀ ਜਾਂ ਪਾਣੀ ਦੀ ਗੁਣਵੱਤਾ ਨੂੰ ਲੈ ਕੇ ਵਿਭਾਗ ਕਿਹੇ ਵਿਸ਼ੇਸ਼ ਉਪਰਾਲੇ ਕਰ ਰਿਹਾ ਹੈ ਸ਼ਰਮਾ ਜੀ ਵਿਭਾਗ ਵੱਲੋਂ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿ ਜਿਹੜਾ ਪਾਣੀ ਅਸੀਂ ਪਬਲਿਕ ਨੂੰ ਸਪਲਾਈ ਕਰ ਰਹੇ ਹਾਂ ਜੀ ਉਹ ਸਵੱਛ ਹੋਵੇ ਸਾਫ਼ ਸੁਥਰਾ ਹੋਵੇ ਕੋਨਟਾਮਿਨੇਸ਼ਨ ਨਾ ਹੋਵੇ ਬੈਕਟੀਰੀਆ ਨਾ ਹੋਣ ਜੀ ਅਸੀਂ ਸਾਰੀ ਸਟੇਟ ਤਕਰੀਬਨ 31 ਲੈਬਾਰਟਰੀਜ਼ ਐਸਟੈਬਲਿਸ਼ ਕੀਤੀਆਂ ਜੀ ਇਹ ਲੈਬਾਰਟਰੀਜ਼ ਬੜੀਆਂ ਹਾਈ ਟੈਕ ਲੈਬਾਰਟਰੀਜ਼ ਨੇ ਜੀ ਇਹਨਾਂ 'ਚੋਂ 18 ਲੈਬਾਰਟਰੀਜ਼ NABL ਨਾਲ ਐਕ੍ਰੈਡਿਟ ਪ੍ਰੋਜెక్ਟ ਦੀ ਮਾਨਤਾ ਪ੍ਰਾਪਤ ਹੋ ਚੁੱਕੀਆਂ ਨੇ ਤੇ ਜਿਹੜੀਆਂ ਬਾਕੀ ਰਹਿੰਦੀਆਂ ਉਹ ਵੀ ਦੋ ਤਿੰਨ ਮਹੀਨਿਆਂ ਚ ਅਸੀਂ ਕੰਪਲੀਟ ਕਰ ਲਵਾਂਗੇ ਜੀ ਇਹ ਤਾਂ ਬੜੀ ਵੱਡੀ ਉਪਲਬਧੀ ਹੈ ਆਪਣੇ ਮਹਿਕਮੇ ਦੀ ਸਰ ਹਨਾ ਤੇ ਸਰ ਜੀ ਵੀ ਆਪਣੀ ਹੁਣ ਜਿਹੜੀ ਲੈਬਾਰਟਰੀਜ਼ ਅਸੀਂ ਸਥਾਪਿਤ ਕੀਤੀਆਂ ਇਸ ਤੇ ਆਮ ਜਨਤਾ ਕਿਸ ਤਰ੍ਹਾਂ ਇਹਨਾਂ ਤੇ ਵਿਸ਼ਵਾਸ ਕਾਇਮ ਕਰ ਸਕਦੇ ਆਪਾਂ ਤਾਂ ਕਿ ਉਹ ਵੀ ਆਪਣੇ ਸੈਂਪਲ ਜਿਹੜੇ ਪਾਣੀ ਦੇ ਸਾਡੀ ਲੈਬਾਰਟਰੀਆਂ ਤੋਂ ਟੈਸਟ ਕਰਾ ਸਕਣ ਜੋ ਅਸੀਂ ਪਹਿਲੀ ਗੱਲ ਤੇ ਹੈ ਕਿ ਅਸੀਂ ਸਾਰੀਆਂ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਲੈਬਾਰਟਰੀ ਸਟੈਬਲਿਸ਼ ਕੀਤੀ ਜੀ ਇਹ ਲੈਬਾਰਟਰੀਜ਼ ਬੜੀਆਂ ਹਾਈ ਟੈਕ ਲੈਬਾਰਟਰੀਜ਼ ਆ ਕੰਪਿਊਟਰਾਈਜ਼ਡ ਲੈਬਾਰਟਰੀਜ਼ ਆ ਠੀਕ ਸਰ ਤੇ ਲੋਕਾਂ ਦੇ ਨੇੜੇ ਹਰ ਕੋਈ ਬੰਦਾ ਆਪਣੇ ਨੇੜੇ ਦੀ ਲੈਬਾਰਟਰੀ ਚ ਆਪਣਾ ਸੈਂਪਲ ਭੇਜ ਕੇ ਉਹ ਟੈਸਟ ਕਰਾ ਸਕਦਾ ਤੇ ਇਹਦੇ ਤੁਰੰਤ ਕੰਪਿਊਟਰਾਈਜ਼ਡ ਰਿਜ਼ਲਟ ਆਉਣਗੇ ਠੀਕ ਹੈ ਸਰ ਪਲੱਸ ਇਹਦੇ ਨਾਲ ਇਹ ਵੀ ਆ ਕਿ ਜਿਹੜੀ ਜਿਹੜੇ ਟੈਸਟਿੰਗ ਚਾਰਜੇਜ਼ ਨੇ ਉਹ ਬਹੁਤ ਨੋਮੀਨਲ ਰੱਖਿਆ ਹੈ ਦੂਜੀਆਂ ਪ੍ਰਾਈਵੇਟ ਲੈਬਾਰਟਰੀਆਂ ਨਾਲੋਂ ਇਹ ਜਿਹੜੇ ਟੈਸਟਿੰਗ ਚਾਰजेस ਨੇ ਬਹੁਤ ਘੱਟ ਨੇ ਤੇ ਲੋਕਾਂ ਦੀ ਸਹੂਲਤ ਨੂੰ ਸਮਝਦਿਆਂ ਹੋਇਆਂ ਮੱਦੇਨਜ਼ਰ ਰੱਖਦਿਆਂ ਆ ਇਹ ਲੈਬਾਰਟਰੀਜ਼ ਹਰ ਜ਼ਿਲ੍ਹੇ 'ਚ ਐਸਟੈਬਿਸ਼ ਕੀਤੀਆਂ ਤੇ ਹੁਣ ਅਸੀਂ ਤਹਿਸੀਲ ਲੈਵਲ ਤੱਕ ਵੀ ਇਹਨਾਂ ਨੂੰ ਲਿਜਾ ਰਹੇ ਹਾਂ ਨਹੀਂ ਤਾਂ ਬਹੁਤ ਹੀ ਵੱਡੀ ਸਾਡੀ ਮਹਿਕਮੇ ਦੀ ਵੀ ਕੋ ਉਪਲਬਧ ਹੋਏਗੀ ਸਰ ਤਾਂ ਕਿ ਆਪਾਂ ਹਰ ਘਰ ਤੱਕ ਆਪਣੇ ਪਾਣੀ ਦੇ ਸੈਂਪਲ ਉਹ ਲਿਆ ਕੇ ਸਾਡੀ ਲੈਬਾਰਟਰੀਆਂ ਤੋਂ ਟੈਸਟ ਕਰਾ ਸਕਣ ਜਿਹੜੀ ਸਰ ਕਲੋਰినੇਸ਼ਨ ਮੁਹਿੰਮ ਹੈਗੀ ਆ ਉਹ ਤੁਹਾਡੀ ਉਹਦੇ ਟੀਚੇ ਪਰਪਸ ਕੀ ਆ ਤੇ ਪ੍ਰਾਪਤੀਆਂ ਕੀ ਆ ਸ਼ਰਮਾ ਜੀ ਕਲੋਰినੇਸ਼ਨ ਦਾ ਮੇਨ ਟੀਚਾ ਇਹ ਆ ਕਿ ਜਿਹੜਾ ਪਾਣੀ ਅਸੀਂ ਸਪਲਾਈ ਕਰਦੇ ਆ ਉਹ ਸ਼ੁੱਧ ਹੋਵੇ ਤੇ ਬੈਕਟੀਰੀਆ ਫਰੀ ਹੋਵੇ ਤੇ ਕੋਈ ਕੰਟਾਮਿਨੇਸ਼ਨ ਨਾ ਹੋਵੇ ਇਸ ਪਰਪਸ ਲਈ ਅਸੀਂ ਹਰੇਕ ਵਾਟਰ ਸਰਪਲਾਈ ਸਟੇਸ਼ਨ ਤੇ ਇੱਕ ਕਲੋਰినੇਟਰਡ ਪਲੱਬ ਕਰਾਇਆ ਤੇ ਇਹਦੇ ਨਾਲ ਨਾਲ ਅਸੀਂ 14 ਜਗ੍ਹਾ ਤੇ ਸੋਡੀਅਮ ਹਾਈਪੋਕਲੋਰਾਈਟ ਦੇ ਸੈਂਟਰ ਸੈਂਟਰਸ ਖੋਲੇ ਨੇ ਕਲੋਰਿਨ ਅਸੀਂ ਪੀਐਸਸੀਐਲ ਤੋਂ ਲੈਣੀ ਤੇ ਲੋਡ ਅਨੁਸਾਰ ਇਹਨਾਂ ਡੰਕ ਤੋਂ ਜਿੱਥੇ-ਜਿੱਥੇ ਵੀ ਜ਼ਰੂਰਤ ਹੁੰਦੀ ਆ ਉੱਥੇ ਵਾਟਰ ਸਪਲਾਈ ਤੇ ਤੁਹਾਡਾ ਸਟਾਫ ਜਿਹੜਾ ਮਈਆ ਕੋ ਉਹ ਮਈਆ ਕਰਾਉਂਦਾ ਤੇ ਅਸੀਂ ਇਸ ਗੱਲ ਨੂੰ ਯਕੀਨੀ ਬਣਾ ਰਹੇ ਆ ਕਿ ਜਿਹੜਾ ਪਾਣੀ ਅਸੀਂ ਪਬਲਿਕ ਨੂੰ ਸਪਲਾਈ ਕਰ ਰਹੇ ਆ ਉਹ ਕਲੋਰਿਨੇਟਡ ਹੋ ਇੱਕ ਐਮਸ ਵਾਲੇ ਪੈਦਾ ਹੁੰਦਾ ਕਿ ਸਾਡਾ ਜਿਹੜਾ ਪੰਜਾਬ ਦਾ ਜ਼ਮੀਨੀ ਪਾਣੀ ਆ ਜਿਹਨੂੰ ਭੂਮੀ ਵਾਟਰ ਕਹਿੰਦੇ ਆ ਉਹ ਕਾਫੀ ਸ਼ਿਕਾਇਤ ਆ ਵੀ ਇਹਦੇ ਵਿੱਚ ਕਾਫੀ ਕੰਟਾਮਿਨੇਸ਼ਨ ਹੋ ਚੁੱਕੀ ਆ ਤਵਾ ਵਿਭਾਗ ਨੇ ਉਸ ਕੰਟਾਮਿਨੇਸ਼ਨ ਬਿਖਦੇ ਆ ਕੋਈ ਲੌਂਗ ਟਰਮ ਪਲੈਨਿੰਗ ਕੀਤੀ ਸ਼ਰਮਾ ਜੀ ਤੁਸੀਂ ਬਿਲਕੁਲ ਠੀਕ ਆ ਇਸ ਸਮੇਂ ਚ ਪੰਜਾਬ ਲਈ ਇੱਕ ਬਹੁਤ ਵੱਡੀ ਪ੍ਰੋਬਲਮ ਆ ਇੱਕ ਜਿਹੜਾ ਗਰਾਊਂਡ ਵਾਟਰ ਲੈਵਲ ਆ ਉਹ ਥੱਲੇ ਜਾ ਰਿਹਾ ਜੀ ਤੇ ਕੰਟਾਮਿਨੇਟ ਹੋ ਰਿਹਾ ਪੋਲਿਊਟ ਹੋ ਰਿਹਾ ਪੋਲਿਊਟ ਹੋ ਰਿਹਾ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿ ਇਹ ਜਿਹੜਾ ਅਸੀਂ ਮਤਲਬ ਕੰਟਾਮਿਨੇਟਿਡ ਵਾਟਰ ਨਾ ਲੋਕਾਂ ਕੋਲ ਚਲ ਜਾਏ ਬਿਮਾਰੀਆਂ ਨਾ ਫਲਾ ਸਕੇ ਜੀ ਤੇ ਵਿਭਾਗ ਵੱਲੋਂ ਬੜੇ ਵੱਡੇ ਲੈਵਲ ਤੇ ਇੱਕ ਕੈਂਪੇਨ ਸ਼ੁਰੂ ਕੀਤੀ ਗਈ ਆ ਕਿ ਜਿਹੜਾ ਪਾਣੀ ਅਸੀਂ ਨਹਿਰੀ ਪਾਣੀ ਜਿਹੜਾ ਆ ਸਰਫੇਸ ਸਰਫੇਸ ਵਾਟਰ ਉਹ ਜਿਹੜਾ ਨਹਿਰੀ ਪਾਣੀ ਆ ਉਹ ਲੋਕਾਂ ਤੱਕ ਪਹੁੰਚਾਈਏ ਥਰੂ ਸਾਫ਼ ਕਰਕੇ ਉਹਨੂੰ ਸਾਫ਼ ਕਰ ਕਰਨਾ ਚਾਹੀਏ ਇਹ ਤੋਂ ਇਲਾਵਾ ਜਿੱਥੇ-ਜਿੱਥੇ ਹੈਵੀ ਮੈਟਲਸ ਨੇ ਜੀ ਆਰਸੈਨਿਕ ਆ ਆਇਰਨ ਆ ਫਲੋਰਾਈਡ ਆ ਉੱਥੇ ਅਸੀਂ ਆਰਸੈਨਿਕ ਰਿਮੂਵਲ ਆਇਰਨ ਰਿਮੂਵਲ ਪਲਾਂਟਸ ਲਗਾਏ ਤਾਂ ਕਿ ਇਸ ਗੱਲ ਨੂੰ ਯਕੀਨੀ ਬਣਾਏ ਜਿਵੇਂ ਕਿ ਤੁਸੀਂ ਜਾਣਦੇ ਹੋਗੇ ਹੈਵੀ ਮੈਟਲਸ ਨਾਲ ਬਹੁਤ ਵੱਡੀਆਂ ਕ੍ਰੋਨਿਕ ਬਿਮਾਰੀਆਂ ਪੈਦਾ ਹੋ ਜਾਂਦੀਆਂ ਤੋਂ ਅਸੀਂ ਆਪਣੀ ਆਪਣੇ ਲੋਕਾਂ ਨੂੰ ਉਹਨਾਂ ਬਿਮਾਰੀਆਂ ਤੋਂ ਵੀ ਬਚਾਉਣਾ ਬੈਕਟੀਰੀਆ ਤੋਂ ਵੀ ਬਚਾਉਣਾ ਜਿੱਥੇ ਅਸੀਂ ਕਲੋਰਿਨੇਸ਼ਨ ਕਰ ਰਹੇ ਹਾਂ ਉੱਥੇ ਅਸੀਂ ਇਸ ਗੱਲ ਨੂੰ ਵੀ ਯਕੀਨੀ ਬਣਾ ਰਹੇ ਹਾਂ ਕਿ ਹੈਵੀ ਮੈਟਲਸ ਰਿਮੂਵਲ ਵੀ ਪਾਣੀ ਚੋਂ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਸਵੱਛ ਤੇ ਸਾਫ਼ ਪਾਣੀ ਮਿਲੇ ਵੈਸੇ ਕਹੋ ਜੀ ਇਸ ਗੱਲ ਨੂੰ ਮਹਿਕਮਾ ਲੱਕੀ ਆ ਕਿਉਂਕਿ ਡਾਕਟਰ ਸਾਹਿਬ ਪੀਸੀਐਸ ਆਈਐਸ ਬਾਦਛੋਇਆ ਪਹਿਲਾਂ ਐਮਬੀਐਸ ਬਿਲਕੁਲ ਤੇ ਡਾਕਟਰ ਜਿਹੜਾ ਹੈਡ ਕਰੇ ਇਸ ਵਿਭਾਗ ਨੂੰ ਬਿਲਕੁਲ ਇਹਨਾਂ ਨੂੰ ਪਤਾ ਟੈਕਨੀਕਲੀ ਕਿ ਪਾਣੀ ਜਿਹੜਾ ਸਾਫ਼ ਹੋਣਾ ਕਿਉਂ ਜ਼ਰੂਰੀ ਆ ਤੇ ਕਿਹੜੀਆਂ ਬਿਮਾਰੀਆਂ ਫਰੋਂ ਦਾ ਰੈਟਸ ਆ ਵੀ ਸਾਡੀ ਕਿਸਮ ਤੋਂ ਆ ਕੇ ਤੁਸੀਂ ਹੈਡ ਕਰ ਰਹੇ ਹੈਂ ਥੈਂਕ ਯੂ ਸੋ ਮਚ ਤੇ ਸਰ ਜੀ ਵੀ ਆਪਣੇ ਲੌਂਗ ਟਰਮ ਮੈਅਰਸ ਆਪਾਂ ਲੈ ਰਹੇ ਆ ਮੈਕਮੇਜ ਤੇ ਜਦੋਂ ਉਹ ਲੌਂਗ ਟਰਮ ਨੂੰ ਤਾਂ 2-3 ਸਾਲ ਕਈ ਵਾਰ ਲੱਗ ਜਾਂਦੇ ਆ ਸਰਫੇਸ ਵਾਟਰ ਤੇ ਵੀ ਆਨ ਤੇ ਤਾਂ ਆਪਾਂ ਲੋਕਾਂ ਤੱਕ ਕਿਸ ਤਰ੍ਹਾਂ ਆਪਾਂ ਸ਼ਾਰਟ ਟਰਮ ਮੈਅਰ ਦੇ ਸਕਦੇ ਆ ਤਾਂ ਕਿ ਉਹ ਜਿਹੜਾ ਕੁਆਲਿਟੀ ਅਫੈਕਟਡ ਪਾਣੀ ਹੈ ਹਾਂਜੀ ਕੁਆਲਿਟੀ ਅਫੈਕਟਡ ਪਾਣੀ ਆ ਉਹ ਨਾ ਪੀ ਸਕਣ ਗ ਜਿੱਥੇ ਅਸੀਂ ਲੌਂਗ ਟਰਮ ਮੀਜਰਜ਼ ਲੈ ਰਹੇ ਹਾਂ ਜਿਦਾਂ ਸਰਫੇਸ ਵਾਟਰ ਦਾ ਜਾਂ ਦੂਜਾ ਆ ਉਹਦੇ ਨਾਲ ਨਾਲ ਅਸੀਂ ਹਾਊਸਹੋਲਡ ਪਿਉਰੀਫਾਇਰ ਪ੍ਰੋਵਾਈਡ ਕਰ ਰਹੇ ਹਾਂ ਅੱਛਾ ਸਰ ਇਹ ਪੋਰਟੇਬਲ ਪਿਉਰੀਫਾਇਰਸ ਨੇ ਓਕੇ ਲੋਕਾਂ ਤੱਕ ਪਹੁੰਚਾਈ ਜਾ ਰਿਹਾ ਜਿਹਨੂੰ ਉਹ ਆਪ ਬੜੇ ਸੌਖੇ ਤਰੀਕੇ ਨਾਲ ਤੇ ਬੜੇ ਈਜ਼ੀਲੀ ਇਸਤੇਮਾਲ ਕਰ ਸਕਦੇ ਹ ਹੁਣ ਤੱਕ ਤਕਰੀਬਨ ਅਸੀਂ 15000 ਹਾਊਸਹੋਲਡ ਪਿਉਰੀਫਾਇਰ ਡਿਸਟ੍ਰੀਬਿਊਟ ਕਰਦੇ ਤੇ ਇਹ ਪ੍ਰੋਸੈਸ ਹੈ ਸਾਡਾ ਜਾਰੀ ਹੈ ਅਸੀਂ ਗੱਲ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਜਿੱਥੇ-ਜਿੱਥੇ ਪ੍ਰੋਬਲਮ ਬਹੁਤ ਜ਼ਿਆਦੀ ਹੈ ਹਾਂਜੀ ਸਰ ਉੱਥੇ ਅਸੀਂ ਲੋਕਾਂ ਤੱਕ ਲੌਂਗ ਟਰਮ ਮਿਹਨਤ ਅਸੀਂ ਲਾਵਾਂਗੇ ਲਾਵਾਂਗੇ ਉਹਦੇ ਨਾਲ ਅਸੀਂ ਹਾਊਸਹੋਲਡ ਪਿਉਰੀਫਾਇਰ ਵੀ ਪ੍ਰੋਵਾਈਡ ਕਰਾਂਗੇ ਵੈਸੇ ਡਾਕਟਰ ਸਾਹਿਬ ਠੀਕ ਕਹਿ ਰਹੇ ਗੁਰਜੀ ਅਸੀਂ ਟੀਮ ਭੇਜੀ ਸੀ ਤਰਨਤਾਂ ਜ਼ਿਲ੍ਹੇ ਚ ਅਵਰ ਸਜਦੇਲੇ ਚ ਉੱਥੇ ਜਿਹੜੀਆਂ ਲੇਡੀਜ਼ ਸੀਗੀਆਂ ਇੱਕ ਦੋ ਹੈਂਡੀਕੈਪ ਲੇਡੀ ਨੇ ਡਾਕਟਰ ਸਾਹਿਬ ਆ ਕੇ ਬਾਈਟ ਦਿੱਤੀ ਕਿ ਜਦੋਂ ਸਾਨੂੰ ਕਹਿੰਦੇ ਹਾਊਸਹੋਲਡ ਪਿਉਰੀਫਾਇਰ ਮਿਲੇ ਉਹਦੇ ਨਾਲ ਨਾ ਸਿਰਫ ਉਹਨਾਂ ਦੇ ਘਰਾਂ ਚ ਹੀ ਸਹੂਲਤ ਮਿਲ ਗਈ ਉਹ ਕਹਿੰਦੇ ਸਾਡੇ ਗੈਸਟ ਆਉਂਦੇ ਸੀ ਮਹਿਮਾਨ ਆਉਂਦੇ ਸੀਗੇ ਇ ਹੁਣ ਘਰ ਤੁਸੀਂ ਆਪ ਪਾਣੀ ਸਾਫ਼ ਕਰਕੇ ਆਪ ਗੈਸਟ ਨੂੰ ਸਰਵ ਕਰਦੇ ਆ ਇਹ ਬਹੁਤ ਵੱਡਾ ਪ੍ਰਾਣਾਸ਼ਾ ਲੱਗਾ ਜੋ ਪ੍ਰਾਣਾਸ਼ਾ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਆ ਸਰਫੇਸ ਵਾਟਰ ਲਾਰਜ ਪ੍ਰੋਜੈਕਟ ਦੀ ਲੌਂਗ ਟਰਮ ਦੀ ਉਹਦੇ ਵਿੱਚ ਸਾਡੇ ਪ੍ਰੋਜੈਕਟ ਕਿੰਨੇ ਲੱਗ ਚੁੱਕੇ ਆ ਕਿੰਨੇ ਹੋਰ ਲੱਗਣੇ ਆ ਸਰਫੇਸ ਵਾਟਰ ਪ੍ਰੋਜੈਕਟ ਪੰਜਾਬ ਵਿੱਚ ਤਕਰੀਬਨ ਅਸੀਂ 9 ਸਰਫੇਸ ਵਾਟਰ ਪ੍ਰੋਜੈਕਟ ਆਲਰੇਡੀ ਲੱਗ ਰਹੇ ਨੇ ਜਿਹੜੇ ਹੁਣ ਬੜੀ ਐਡਵਾਂਸ ਸਟੇਜ ਤੇ ਆ ਜਿਹੜੇ ਜੀਤੀ ਸ਼ੁਰੂ ਹੋ ਜਾਣਗੇ ਜੀ ਉਹਨਾਂ ਚੋਂ ਇੱਕ ਮੇਜਰ ਪ੍ਰੋਜੈਕਟ ਜਿਹੜਾ ਮੋਗੇ ਸਾਡਾ ਆਫੀਸ਼ੀਅਲ ਲੱਗ ਲਿਆ ਸ਼ੁਰੂ ਹੋਊਗਾ ਹੋ ਗਿਆ ਸੀ ਲਾਸਟ ইয়ার ਤੇ ਇਸ ਤੋਂ ਇਲਾਵਾ ਅਸੀਂ ਫਿਰੋਜ਼ਪੁਰ ਫਾਜ਼ਿਲਕਾ ਏਰੀਏ ਦੇ ਵਿੱਚ ਵੀ ਲਾ ਰਹੇ ਹਾਂ ਤੇ ਪਟਿਆਲਾ ਫਤਿਹਗੜ੍ਹ ਸਾਹਿਬ ਜੀ ਵੀ ਸਾਡੇ ਜਿਹੜੀ ਬੜੀ ਐਡਵਾਂਸ ਸਟੇਜ ਤੇ ਨੇ ਇਸ ਤੋਂ ਇਲਾਵਾ ਵੀ ਅਸੀਂ ਦੂਸਰੇ ਏਰੀਏ ਚ ਵੀ ਜਿੱਥੇ ਜਿੱਥੇ ਜਦਾ ਹੁਣ ਗੁਰਦਾਸਪੁਰ ਅੰਮ੍ਰਿਤਸਰ ਤਰਨਤੰਨ ਤੇ ਆਲਰੇਡੀ ਲੱਗ ਰਹੇ ਆ ਪਰ ਦੂਜੇ ਏਰੀਏ ਚ ਵੀ ਜਿੱਥੇ ਜ਼ਰੂਰਤ ਆ ਜਿੱਥੇ ਅਸੀਂ ਸਮਝਦੇ ਹਾਂ ਕਿ ਪਾਣੀ ਦੀ ਕੰਟਮੀਨੇਸ਼ਨ ਹੋ ਰਹੀ ਆ ਤੇ ਲੌਂਗ ਟਰਮ ਸੋਲੂਸ਼ਨ ਚਾਹੀਦਾ ਹੈ ਉੱਥੇ ਅਸੀਂ ਨਹਿਰੀ ਵਾਟਰ ਪ੍ਰੋਵਾਈਡ ਕਰਨਾ ਹੈ ਅਸੀਂ ਸਰਫੇਸ ਵਾਟਰ ਪ੍ਰੋਜੈਕਟ ਉੱਥੇ ਲਗਾਣਾ ਫੰਡ ਵਈਆ ਹੋ ਰਹੇ ਪੂਰੇ ਫੰਡ ਪੂਰੇ ਹੋ ਰਿਹਾ ਜੀ ਫੰਡ ਦੀ ਕੋਈ ਕਮੀ ਨਹੀਂ ਤੇ ਇਸ ਇਹ ਜਿਹੜੇ ਸਰਫੇਸ ਵਾਟਰ ਪ੍ਰੋਜੈਕਟ ਆ ਇਹ ਆਉਂਦੇ ਸਮੇਂ ਚ ਪੰਜਾਬ ਲਈ ਤੇ ਪੰਜਾਬ ਦੇ ਲੋਕਾਂ ਲਈ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਜੀ ਇੱਕ ਸਰਤਲਵਾੜੇ ਚ ਜਿਵੇਂ ਕੰਡੀ ਏਰੀਆ ਵਾਲੀ ਸਾਈਡ ਵੀ ਉੱਥੇ ਉਸ ਏਰੀਆ ਤੇਲਵਾੜੇ ਚ ਹੋ ਰਿਹਾ ਜੀ ਅਨੰਦਪੁਰ ਸਾਹਿਬ ਜੀ ਲੱਗ ਰਿਹਾ ਜੀ ਸੋ ਇਹ ਸਾਰੇ ਏਰੀਏ ਜਿੱਥੇ-ਜਿੱਥੇ ਵੀ ਜਰੂਰਤ ਆ ਕਿਉਂਕਿ ਜਿੱਥੇ ਵੀ ਅਸੀਂ ਸਮਝਦੇ ਆ ਕਿ ਪਾਣੀ ਦੀ ਕੰਟਮੀਨੇਸ਼ਨ ਹੋ ਰਹੀ ਆ ਭਾਵੇਂ ਹੈਵੀ ਮੈਟਲਸ ਨਾਲ ਹੋ ਰਹੀ ਆ ਜਾਂ ਇਨਫੈਕਸ਼ਨ ਨਾਲ ਹੋ ਰਹੀ ਆ ਬੈਕਟੀਰੀਆ ਨਾਲ ਹੋ ਰਹੀ ਆ ਉਸਨੂੰ ਸਭ ਨੂੰ ਮਿਟੀਗੇਟ ਕਰ ਲਈ ਉਹਨੂੰ ਰਿਮੂਵ ਕਰ ਲਈ ਸਰਫੇਸ ਵਾਟਰ ਪ੍ਰੋਜੈਕਟ ਲਗਾ ਰਹੇ ਆ ਜਾਂ ਅਸੀਂ ਹੈਵੀ ਮੈਟਲ ਰਿਮੂਵ ਕਰ ਲਈ ਉਹ ਪ੍ਰੋਜੈਕਟ ਲਾ ਰਹੇ ਜਿੱਦਾਂ ਆਰਐਸ ਆਰਸੈਨਿਕ ਰਿਮੂਵਲ ਪ੍ਰੋਜੈਕਟ ਲਾ ਰਹੇ ਆ ਆਇਰਨ ਬੋਨਰਾਈਡ ਰਿਮੂਵਲ ਪ੍ਰੋਜੈਕਟ ਲਾ ਰਹੇ ਆ ਮਕਸਦ ਇਹ ਹੈ ਕਿ ਲੌਂਗ ਟਰਮ ਪ੍ਰੋਜੈਕਟਸ ਨੇ ਫਾਰ ਲੰਮੇ ਸਮੇਂ ਲਈ ਹਾਂਜੀ ਇਹਨੂੰ ਪ੍ਰੋਬਲਮ ਨੂੰ ਹੱਲ ਕਰਨੀ ਤੇ ਜਿਹੜੇ ਹਾਊਸਹੋਲਡ ਪਿਉਰੀਫਾਇਰ ਨੇ ਉਹ ਇਮੀਡੀਏਟਲੀ ਹਾਂਜੀ ਸਰ ਮੈਂ ਜਾਣਨੀ ਹੈ ਜਿਵੇਂ ਆਪਣਾ ਪਲੰਬਰ ਜਾਂ ਟੈਕਨੀਸ਼ੀਅਨਸ ਹੈ ਇਹਨਾਂ ਲਈ ਵੀ ਆਈ ਥਿੰਕ ਕੋਈ ਮੈਨੂਅਲ ਆਪਾਂ ਬਣਾਇਆ ਸੀ ਕਿਸ ਤਰ੍ਹਾਂ ਗੁਰੂ ਜਿੱਦਾਂ ਮੈਂ ਪਹਿਲਾਂ ਦੱਸਿਆ ਸਾਡਾ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਨਾਲ ਟਾਈਪ ਆ ਪਿਆ ਜੀ ਜੀ ਸਰ ਬੜੀ ਰੈਗੂਲਰ ਟ੍ਰੇਨਿੰਗ ਉਹਨਾਂ ਦੀ ਚੱਲ ਰਹੀ ਆ ਪਰ ਇਸੇ ਤਰ੍ਹਾਂ ਅਸੀਂ ਜਿਹੜੇ ਪਲੰਬਰ ਟੈਕਨੀਸ਼ੀਅਨਸ ਦਾ ਸਟਾਫ ਲਈ ਇੱਕ ਮੈਨੂਅਲ ਬਣਾਇਆ ਇੱਕ ਮੈਨੂਅਲ ਤਿਆਰ ਕੀਤਾ ਗਿਆ ਉਹ ਮੈਨੂਅਲ ਅਸੀਂ ਗਵਰਨਮੈਂਟ ਆਫ ਇੰਡੀਆ ਨੂੰ ਭੇਜਿਆ ਜੀ ਸਰ ਤੇ ਉਹਨਾਂ ਨੇ ਇਸ ਨੂੰ ਬਹੁਤ ਸਰਾਇਆ ਤੇ ਇਹ ਵੀ ਦੂਜੀਆਂ ਸਟੇਟਾਂ ਨੂੰ ਵੀ ਕਿਹਾ ਕਿ ਪੰਜਾਬ ਨੇ ਜਿਹੜਾ ਉਪਰਾਲਾ ਕੀਤਾ ਪੰਜਾਬ ਪੈਟਰਨ ਤੇ ਤੁਸੀਂ ਵੀ ਕਰੋ ਜੀ ਬਹੁਤ ਹੀ ਅੱਛਾ ਜੀ ਬਹੁਤ ਜ਼ਿਆਦਾ ਅੱਛਾ ਸਰ ਤਾਂ ਤੇ ਰੱਖ ਸਰ ਇੱਕ ਮੈਂ ਅਹਿਮ ਸਵਾਲ ਮੇਰੇ ਦਿਮਾਗ ਚ ਆ ਰਿਹਾ ਸੀ ਵੀ ਜਦੋਂ ਤੁਸੀਂ ਕੋਈ ਕੈਂਪੇਨ ਚਲਾਉਂਦੇ ਆ ਤਾਂ ਕੈਂਪੇਨ ਨੂੰ ਘਰ-ਘਰ ਪਹੁੰਚਾਉਣ ਵਾਸਤੇ ਜਿਹੜਾ ਜਾਗਰੂਕਤਾ ਪੈਦਾ ਕਰਨ ਲਈ ਉਹਦੇ ਵਾਸਤੇ ਤੁਸੀਂ ਕੀ ਉਪਰਾਲੇ ਕੀਤੇ ਹੋਇਆ? ਸ਼ਰਮਾ ਜੀ ਸਾਡੇ ਡਿਪਾਰਟਮੈਂਟ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ। ਮਹਿਕਮੇ ਦੇ ਵਿੱਚ ਇੱਕ ਵਿੰਗ ਹੈ ਜਿਸ ਨੂੰ ਸੋਸ਼ਲ ਵਿੰਗ ਕਹਿੰਦੇ ਅਸੀਂ। ਜੀ। ਉਸ ਸੋਸ਼ਲ ਵਿੰਗ ਦੇ ਵਿੱਚ ਸਾਡੇ ਕੋਲ ਤਕਰੀਬਨ 500 ਬੰਦਾ ਕੰਮ ਕਰ ਰਿਹਾ ਹੈ। ਤੇ ਉਹ ਜਿੱਦਾਂ ਬੀਆਰਸੀਜ਼ ਨੇ, ਆਈਸੀ ਨੇ, ਸੀਡੀਸੀ ਨੇ ਉਹ ਲੋਕਾਂ ਤੱਕ ਜਾ ਕੇ ਪਿੰਡਾਂ 'ਚ ਜਾ ਕੇ ਘਰਾਂ 'ਚ ਜਾ ਕੇ ਲੋਕਾਂ ਨੂੰ ਐਜੂਕੇਟ ਕਰ ਰਹੇ ਆ ਕਿ ਸਵਛ ਪਾਣੀ ਦੀ ਕੀ ਮਹੱਤਤਾ ਆ ਗੰਦੇ ਪਾਣੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਕਲੋਰినੇਸ਼ਨ ਦੀ ਕੀ ਮਹੱਤਤਾ ਆ ਸੋ ਥੈਟ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਵੇ ਜੀ ਕਿ ਜਿਹੜਾ ਪਾਣੀ ਅਸੀਂ ਪੀਣਾ ਆ ਉਹ ਸਵਛ ਹੋਵੇ ਸਾਫ ਹੋਵੇ ਤਾਂ ਹੀ ਅਸੀਂ ਆਪਣੀ ਸਿਹਤ ਤੇ ਆਪਣੇ ਬੱਚਿਆਂ ਦਾ ਖਿਆਲ ਰੱਖ ਸਕਦੇ। ਬਿਲਕੁਲ ਸਰ। ਤੇ ਸਰ ਜਿਵੇਂ ਆਪਣੇ ਇੰਜੀਨੀਅਰਸ ਹੈਗੇ ਸਾਰੇ ਜਾਂ GPWSC ਵੀ ਹੈ ਤਾਂ ਆਪਾਂ ਇਹਨਾਂ ਦੀ ਕਪੈਸਿਟੀ ਬਿਲਡਿੰਗ ਕਰਨ ਲਈ ਅਸੀਂ ਕੀ ਉਪਰਾਲੇ ਕਰ ਰਹੇ ਆ? ਹਾਂ ਗੁਰਜੋਤ ਇਹਨਾਂ ਲਈ ਅਸੀਂ ਬੜਾ ਐਲੈਬੋਰੇਟ ਟ੍ਰੇਨਿੰਗ ਸ਼ਡਿਊਲ ਰੱਖਿਆ ਹੋਇਆ ਹੈ। ਸਾਡਾ ਸਟੇਟ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਨਾਲ ਵੀ ਟਾਈ ਅਪ ਆ ਉਹਨਾਂ ਦੇ ਨਾਲ ਅਸੀਂ ਐਗਰੀਮੈਂਟ ਕੀਤਾ ਹੋਇਆ। ਜੀ ਸਰ। ਉਹ ਬੜੇ ਵੱਡੇ ਸਕੇਲ ਤੇ ਜਿਹੜੇ ਸਾਡੇ ਪਲੰਬਰਸ ਨੇ ਟੈਕਨੀਸ਼ੀਅਨਸ ਨੇ ਜੀਜ਼ ਨੇ ਤੇ ਹੋਰ ਜਿਹੜਾ ਸਟਾਫ ਆ ਉਹਨਾਂ ਦੀ ਟ੍ਰੇਨਿੰਗ ਕਿਉਂਕਿ ਸਰ ਇਹਨਾਂ ਦੀ ਆਈ ਥਿੰਕ ਇਨੀਸ ਬਹੁਤ ਜ਼ਰੂਰੀ ਵੀ ਹੈ ਇਹਨਾਂ ਦੀ ਟ੍ਰੇਨਿੰਗ ਅਸੀਂ ਕਰਵਾ ਰਹੇ ਹਾਂ ਔਰ ਹਰ ਹਰ ਰਿਫਰੈਸ਼ਰ ਕੋਰਸ ਕਰ ਰਹੇ ਹਾਂ ਟ੍ਰੇਨਿੰਗ ਕਰ ਰਹੇ ਹਾਂ ਹਰ ਹਫਤਾ ਦਸ ਦਿਨਾਂ ਬਾਅਦ ਇਹਨਾਂ ਦੇ ਬਕਾਇਦਾ ਟ੍ਰੇਨਿੰਗ ਕੋਰਸਸ ਚੱਲ ਰਹੇ ਆ ਹੁਣ ਵੀ ਚੱਲੇ ਆ ਅੱਗੇ ਤੋਂ ਵੀ ਬੜੇ ਐਕਸਟੈਂਸਿਵਲੀ ਚੱਲਣਗੇ ਸੋ ਥੈਟ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਜਿਹੜਾ ਸਾਡਾ ਸਟਾਫ ਆ ਉਹ ਫੀਲਡ ਲੈਵਲ ਤੇ ਅਪਡੇਟ ਰਵੇ ਤੇ ਲੋਕਾਂ ਨੂੰ ਸਹੀ ਜਾਣਕਾਰੀ ਦੇ ਰੱਖਦਾ ਹੈ। ਤੇ ਡਾਕਟਰ ਸਾਹਿਬ ਆਪਾਂ ਪਬਲਿਕ ਵਾਸਤੇ ਕੰਮ ਕਰਦੇ ਆ ਤੇ ਅਕਸਰ ਪਬਲਿਕ ਦੇ ਕੁਝ ਗਰਵੈਂਸਸ ਹੁੰਦੀਆਂ, ਕੁਝ ਸ਼ਿਕਾਇਤਾਂ ਹੁੰਦੀਆਂ। ਉਹਨੂੰ ਐਡਰੈਸ ਕਰਨ ਵਾਸਤੇ ਵਿਭਾਗ ਲੋਕ ਵਿਸ਼ੇਸ਼ ਪਰਨ ਲੱਗ ਤੇ ਜਾਂਦਾ। ਆ ਸ਼ਰਮਾ ਜੀ ਵਿਭਾਗ ਨੇ ਸਟੇਟ ਲੈਵਲ ਤੇ ਇੱਕ ਸ਼ਿਕਾਇਤ ਨਿਵਾਰਨ ਕੇਂਦਰ ਸਟੈਬਿਸ਼ ਕੀਤਾ। ਇਹ ਕੇਂਦਰ 2009 ਚ ਸਟੈਬਿਸ਼ ਕੀਤਾ ਸੀਗਾ ਪਰ ਇਹਨੂੰ ਅਸੀਂ ਹੁਣ ਪੂਰੀ ਤਰ੍ਹਾਂ ਡਿਜੀਟਲਾਈਜ਼ ਕਰਤਾ। ਜੀ ਤੋ ਜਿਹੜੀਆਂ ਵੀ ਕੰਪਲੇਂਟਸ ਆਉਂਦੀਆਂ ਆ ਉਹਨਾਂ ਕੰਪਲੇਂਟਸ ਨੂੰ ਟਾਈਮ ਬਾਉਂਡ ਤਰੀਕੇ ਨਾਲ ਐਡਰੈਸ ਕਰ ਉਹਨਾਂ ਦਾ ਨਿਪਟਾਰਾ ਕਰ ਲਈ ਇਸ ਡਾਇਰੈਕਸ਼ਨਸ ਦਿੱਤੀਆਂ ਗਈਆਂ ਜਿਹੜੀਆਂ ਕੰਪਲੇਂਟਸ ਜੇਈ ਲੈਵਲ ਤੇ ਨਹੀਂ ਸੈਟ ਹੋ ਸਕਦੀਆਂ ਉਹ ਐਸਡੀਓ ਲੈਵਲ ਤੱਕ ਐਸਡੀਓ ਵਾਲੇ ਨਹੀਂ ਹੋ ਸਕਦੀਆਂ ਤੇ ਉੱਪਰਲੇ ਐਕਸ਼ਨ ਐਸਸੀ ਚੀਫ ਲੈਵਲ ਤੱਕ ਆਉਂਦੀਆਂ ਇਸ ਗੱਲ ਨੂੰ ਅਸੀਂ ਯਕੀਨੀ ਬਣਾ ਰਹੇ ਹਾਂ ਕਿ ਜਿਹੜੀਆਂ ਕੰਪਲੇਂਟਸ ਨੇ ਸ਼ਿਕਾਇਤਾਂ ਨੇ ਉਹਨਾਂ ਦਾ ਤੁਰੰਤ ਨਿਪਟਾਰਾ ਹੋਵੇ ਤਾਂ ਜੋ ਲੋਕਾਂ ਨੂੰ ਕਿਸੇ ਵੀ ਪ੍ਰੋਬਲਮ ਦਾ ਕਿਸੇ ਵੀ ਡਿਫਿਕਲਟੀ ਦਾ ਸਾਹਮਣਾ ਨਾ ਕਰੇ ਤੇ ਡਾਕਟਰ ਸਾਹਿਬ ਅਸੀਂ ਅੱਜ ਦੇ ਇਸ ਨਵੇਂ ਸਾਲ ਦੇ ਐਪੀਸੋਡ ਵਿੱਚ ਤੁਹਾਨੂੰ ਬੇਨਤੀ ਕਰਾਂਗੇ ਕਿ ਸਾਡੇ ਲੱਖਾਂ ਲੋਕ ਇਹ ਪ੍ਰੋਗਰਾਮ ਵੇਖਦੇ ਆ ਤੁਸੀਂ ਪੰਜਾਬ ਨਿਵਾਸੀਆਂ ਨੂੰ ਇਸ ਮੁਬਾਰਕ ਮੌਕੇ ਤੇ ਸੰਦੇਸ਼ ਕੀ ਦੇਣਾ ਚਾਹੋਗੇ ਮੈਂ ਪੰਜਾਬ ਵਾਸੀਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਪਾਣੀ ਇੱਕ ਬਹੁਤ ਵੱਡੀ ਵੱਡਮੁਲੀ ਦਾਤ ਆ ਜਿਵੇਂ ਕਿ ਗੁਰਬਾਣੀ ਜਿਉਂਦਾ ਹੈ ਕਿ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋ ਆਪਾਂ ਸਭ ਨੂੰ ਪਾਣੀ ਨੂੰ ਬੜੀ ਸਚਜੇ ਤਰੀਕੇ ਨਾਲ ਵਰਤਣਾ ਸੰਜਮਨਾ ਵਰਤਣਾ ਤੇ ਵੇਸਟ ਨਹੀਂ ਹੋਣ ਦੇਣਾ ਜੀ ਜੇ ਅਸੀਂ ਅੱਜ ਪਾਣੀ ਨੂੰ ਸਚਜੇ ਤਰੀਕੇ ਨਾਲ ਵਰਤਾਂਗੇ ਤਾਂ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਆ ਉਹ ਵੀ ਇਹਦਾ ਫਾਇਦਾ ਉਠਾ ਸਕਣਗੀਆਂ ਤੇ ਜੇਕਰ ਅਸੀਂ ਵੇਸਟ ਕਰਦੇ ਆ ਤੇ ਆਉਣ ਵਾਲੀਆਂ ਵੀੜੀਆਂ ਸਾਨੂੰ ਕਦੇ ਵੀ ਮਾਫ਼ ਨਹੀਂ ਕਰਨਗੀਆਂ ਸੋ ਮੇਰੀ ਸਭ ਨੂੰ ਬੇਨਤੀ ਹੈ ਕਿ ਪਾਣੀ ਨੂੰ ਬਹੁਤ ਵਧੀਆ ਤਰ੍ਹਾਂ ਬੜੇ ਸਚਜੇ ਤਰੀਕੇ ਨਾਲ ਵਰਤੋ ਚਲਿਆ ਕਰੋ ਵਿਅਰਥ ਨਾ ਕਰੋ ਵਿਅਰਥ ਨਾ ਕਰੋ ਗੁਰੂ ਜੀ ਬਹੁਤ ਸੋਹਣੇ ਲਫ਼ਜ਼ਾਂ ਚ ਡਾਕਟਰ ਸਾਹਿਬ ਨੇ ਆਪਣਾ ਸੰਦੇਸ਼ ਦਿੱਤਾ ਆਪਣੇ ਮਹਿਕਮੇ ਦੀ ਗੱਲ ਵੀ ਕੀਤੀ ਗੱਲ ਵੀ ਠੀਕ ਹੈ ਜਿੰਨੇ ਵੀ ਮਹਿਕਮੇ ਦੇ ਪਰਾਲੇ ਹੋ ਰਿਹਾ ਜੇ ਲੋਕ ਸਹਿਯੋਗ ਦੇਣਗੇ ਤਾਂ ਹੀ ਸਾਡੇ ਪਰਾਲੇ ਕਾਮਯਾਬ ਹੋਆ ਤੇ ਮੇਰਾ ਖਿਆਲ ਨੂੰ ਸਮਾ ਆ ਗਿਆ ਕਿ ਆਪਾਂ ਧੰਵਾਦ ਕਰੀ ਡਾਕਟਰ ਸਾਹਿਬ ਦਾ ਕਿਉਂਕਿ ਟਾਈਮ ਸਮਾਪਤ ਹੋ ਰਿਹਾ ਤੇ ਆਪਾਂ ਦਰਸ਼ਕਾਂ ਨੇ ਵਾਅਦਾ ਕਰਦੇ ਹੋਏ ਕਿ ਅਗਲੇ ਐਤਵਾਰ 5:30 ਵਜੇ ਫੇਰ ਉਪਰ ਆਵਾਂਗੇ ਡਾਕਟਰ ਸਾਹਿਬ ਤੁਹਾਡਾ ਟਾਈਮ ਕੱਢਣ ਲਈ ਇੱਥੇ ਆਉਣ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਚੱਲ ਜੀਵਨ ਦਾ ਮਿਸ਼ਨ ਬਣਾ ਕੇ ਲੱਭਿਆ ਇਸ ਦਾ ਹੱਲ ਚੱਲ ਵਿਭਾਗ ਦੇ ਕਦਮ ਸਦਕਾ ਮਾਰ ਲੈਣੀ ਹੈ ਮਲ ਕਰ ਕਰ ਜਲ ਕਰ ਕਰ ਜਲ ਕਰ ਕਰ ਹੱਲ ਕਰ ਕਰ ਜਲ ਕਰ ਕਰ ਜਲ ਕਰ ਕਰ ਜਲ Let's go,